Yeah.
ਮਿਹਨਤੀ ਹੈ ਲੱਗ ਗਿਆ। ਹਾਂਜੀ, ਬੜਾ ਨਾਮ ਸੀ ਮੁਨਸ਼ੀ ਰਾਮ ਆਰੇ ਵਾਲੇ ਮੁੰਡੇ ਰਾਮ ਆਰੇ ਵਾਲੇ ਵਧੀਆ ਵਧੀਆ ਗਰੁੱਪ ਹੁੰਦਾ ਸੀ ਇਹਨਾਂ ਦਾ ਸੰਸਥਾ ਸਾਰੇ ਅਲੱਗ ਪਹਿਚਾਣ ਬੱਚਿਆਂ ਨੂੰ ਪੜ੍ਹਾਇਆ ਜੀ ਵਧੀਆ ਬਹੁਤ ਵਧੀਆ ਜਾਣੀ ਬੱਚਿਆਂ ਨੂੰ ਸੰਸਕਾਰ ਦਿੱਤੇ ਅਤੇ ਦੋਨੇ ਬੱਚੇ ਸੈਕਟਰ ਦੇ ਨਾਲ ਨਾਲ ਆ ਕੇ ਉੱਥੇ ਦੋਨੀਆਂ ਵੀ ਸਾਡੇ ਉੱਥੇ ਐਡਵੋਕੇਟ ਵਿਸ਼ਾਲ ਕਈ ਡਾਕਟਰ ਮੋਨਿਕਾ ਬੱਸੀ ਹਸਪਤਾਲ ਲਿਆਉਣਾ ਉਹਨਾਂ ਦੇ ਲਈ ਰਾਮ
प्राण प्रेत कर्म की कथा है। जाने वाले का मार्ग रास्ता
तो 10 दिन के अंदर में श्रवण करने से ब्राह्मण जो है इनको विद्या को प्राप्त करता है, क्षत्रिय जो पृथ्वी को पाता है, वैश्य जो है धनवान बन जाते हैं, शूद्र इस कथा को सुन करके शुद्ध हो जाता है। माता पिता के पंच तत्व शरीर छोड़ने के बाद श्री गरुड़ प्राण नहीं सुना है उसको पुत्र भी कैसे कहा जाएगा, वो अपने लीलों से कैसे मुक्त होगा। ये हमारे तीन लीन हमारे साथ सदाई चलते हैं, दो लीन तो प्राणी उतार सकता है परंतु माता पिता और हमारे पूर्वों का हम लीन नहीं उतार सकते। देव लीन उतारा उस महान इंद्र आत्मा ने अपने परिवार को फलीभूत बनाया, अच्छी शिक्षा दें और इस समाज के अंदर में बैठ करके जो महापुरुषों का संघ किया है कि कोट प्राप्त सात संघ मिले हो संत की कृपा जब को छूटे हो, क्योंकि महापुरुषों के साथ जो दिन चार दस कर जाने वाला है हमारा जम अगत रास्ता खुल जाता है, हम उस रस्ते से छूट करके हम विमानों के ऊपर बैठ करके चले जाते हैं। हमारे बुढ़े लाला जी मुंशी राम किया हो उसका फल कितना मिलता है, कुछ ये पुत्रों ने अपने माता पिता के प्रति जो कर्म किया है ये कर्म मित्रों को उतारने वाला है। और Thank you.
संसारी जीवन जीकर अभी अभी बड़े भैया मिस्टर राव के बहुत ही महान सुप्रसिद्ध ब्राह्मण बड़े भाई पंडित जी प्रबल जी आदमी भाव जी के जीवन के बारे में भी प्रकाश डाल रहे थे। विभाव जी का जीवन सारा ही जीवन बड़ा सादगी भरा था, इसमें कोई गोराया नहीं, जाना तो सबने है, लेकिन संत कहते जाने जाने के अंतर है, जाने जाने के भाव कहते ने आए हैं सब जाएंगे, राजा रंग फकीर आए हैं सब जाएंगे, राजा रंग फकीर लेकिन एक सिंहासन चढ़ चले और एक बांधे जाते Sita Ram, 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 Sita Ram,
Oh,
ਬੰਦਾ
सफर को स्वयं करो, बाकी
ਇਹਨਾਂ ਦਾ ਟਕਰਾਓ ਦੇ ਵਿੱਚ ਰਕੇਸ਼ ਜੀ ਦਾ
बहुत बढ़िया निर्भर का काम है, एक नाम है मुंशी राम जी आरे वाले। किसी को भी पूछ लो, बच्चे को लेके बड़े तक, ये लुधियाने तक ही पूरे पंजाब के विच नाम है अपनी ईमानदारी के लिए, अपनी मेहनत के लिए ते अपनी लोकां के विच बनाई हुई के लिए। अज जाके श्रद्धा के फुल भेट माता साडे लाल बंदी कही जी, जिन्होंने जनरल सैकटरी बीजेपी उन्होंने
ਸ਼ੋਕ ਸੰਦੇਸ਼ ਹੈ ਜੀ ਮੈਸਰ ਫੂਲ ਚੰਦ ਲਾਲ ਐਂਡ ਸੰਸ ਬ੍ਰਿਜ ਪਾਸ਼ੇ ਸਤੀਸ਼ ਸਿੰਗਲਾ ਜੀ ਮਨਮੋਹਨ ਸਿੰਗਲਾ ਸਤਿਆਮ ਜੂਲਰ ਰਾਜੇਸ਼ ਕਤਿਆਲ ਰਮੇਸ਼ ਕਤਿਆਲ ਇਸ ਪਰਿਵਾਰ ਦਾ ਜਗਰਾਉਣ ਦੀ ਹਰ ਇੱਕ ਸਿਰ ਕਟਮੀ ਅਤੇ ਲੁਧਿਆਣਾ ਦੀ ਹਰ ਇੱਕ ਸਿਰ ਕਟਮੇ ਪਰਿਵਾਰ ਦੇ ਨਾਲ ਬਜ਼ੁਰਗਾਂ ਦੇ ਆਸ਼ੀਰਵਾਦ ਦੇ ਨਾਲ ਬਹੁਤ ਹੀ ਗਹਿਰਾ ਸੰਬੰਧ ਹੈ ਬਹੁਤ ਹੀ ਗੂੜਾ ਰਿਸ਼ਤਾ ਹੈ ਪਰਮਾਤਮਾ ਇਹ ਰਿਸ਼ਤਾ ਇੱਦਾਂ ਹੀ ਬਣਾਈ ਰੱਖੇ ਗੁਰਿੰਦਰ ਸਿੰਘ ਸਿੱਧੂ ਏਐਸ ਆਟੋ ਮੋਬਾਈਲ ਬਿਊਰੋ ਦੇ ਐਮਡੀ ਸਾਹਿਬ ਮਨਮੋਹਨ ਕਤਿਆਲ ਸਨੇਹ ਮੋਹਨ ਰੈਜੈਂਸੀ ਦੇ ਮਾਲਕ ਇੱਕ ਲੱਖ ਤੇ ਸਾਰੀਆਂ ਸ਼ਖਸੀਅਤਾਂ ਖੜੀਆਂ ਰਹੀਆਂ ਉਸੇ ਖੁਰਾਨਾ ਸਾਹਿਬ ਡਾਕਟਰ ਪੀ ਕੇ ਗੈਸ ਕੰਪਨੀ ਤੋਂ ਨਰਿੰਦਰ ਸਿੰਘ ਜੀ ਨਰੋਤਮ ਜੀ ਇਹ ਲੁਧਿਆਣਾ ਤੋਂ ਆਏ ਨੇ ਆਰ ਕੇ ਸਕੂਲ ਤੋਂ ਪ੍ਰਿੰਸੀਪਲ ਸੁਖਨੰਦਨ ਜੀ ਉਸੇ ਲੜੀ ਦੇ ਵਿੱਚ ਜਤਿੰਦਰ ਰਾਣਾ ਜੀ ਐਮ ਸੀ ਸਾਹਿਬ ਸ਼੍ਰੀ ਸੁਰਿੰਦਰ ਸ਼ਿੰਦੀ ਜੀ ਮੈਂ ਸਿਰਫ ਨਾਮ ਬੋਲ ਰਿਹਾ ਜਿਹੜੀਆਂ ਸ਼ਖਸੀਅਤਾਂ ਹਾਜ਼ਰ ਵੀ ਨੇ ਅਤੇ ਸ਼ੋਕ ਸੰਦੇਸ਼ ਲੈ ਕੇ ਆਈਆਂ ਨੇ ਸਾਡਾ ਵੀ ਫਰਜ਼ ਬਣਦਾ ਜਿਨ੍ਹਾਂ ਨੇ ਸ਼ੋਕ ਸੰਦੇਸ਼ ਲਿਖਿਆ ਸਮਾਂ ਕੱਢਿਆ ਪਰਿਵਾਰ ਨੂੰ ਹੌਸਲਾ ਦਿੱਤਾ ਉਸੇ ਲੜੀ ਸੰਜੇ ਤਲਵਾਰ ਜੀ ਐਮ ਐਲ ਏ ਲੁਧਿਆਣਾ ਸੁਮਿਤ ਕਪੂਰ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੀਮਾ ਕਪੂਰ ਕੌਂਸਲਰ ਅਸ਼ਵਨੀ ਸ਼ਰਮਾ ਜੀ ਕੌਂਸਲਰ ਬਾਬਾ ਜੀ ਅਸ਼ੋਕ ਜੀ ਕਿਫ ਲੁਧਿਆਣਾ ਤੋਂ ਆਏ ਨੇ ਭੁਪਿੰਦਰ ਗੁਪਤਾ ਜੀ ਏ ਈ ਟੀ ਸੀ ਤੋਂ ਡਾਕਟਰ ਨਰੇਸ਼ ਬੱਸੀ ਜੀ ਆਏ ਨੇ ਕੁੜਮ ਸਾਹਿਬ ਨੇ ਨਰੇਸ਼ ਜੀ ਦੇ ਡਾਕਟਰ ਰਾਕੇਸ਼ ਲੁਧਿਆਣਾ ਤੋਂ ਡਾਕਟਰ ਨੀਰਜ ਬਾਂਸਲ ਜੀ ਸ਼੍ਰੀ ਰਾਜ ਮਿੱਤਲ ਜੀ ਸੀ ਏ ਸਾਹਿਬ ਰਾਜ ਪਵਨ ਗਰਗ ਜੀ ਨਾਗਪਾਲ ਏਜੰਸੀ ਪ੍ਰਾਈਵੇਟ ਲਿਮਿਟਡ ਤੋਂ ਇਹ ਸ਼ੋਕ ਸੰਦੇਸ਼ ਆਇਆ ਜੀ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਪੰਜਾਬ ਤੋਂ ਇਹ ਸ਼ੋਕ ਸੰਦੇਸ਼ ਆਇਆ ਜੀ ਪਵਨ ਗਰਗ ਜੀ ਲੁਧਿਆਣਾ ਤੋਂ ਰੋਹਿਤ ਸੱਭਰਵਾਲ ਅਮਰਜੀਤ ਕੰਬੋਜ ਇਹ ਸਾਰੀਆਂ ਸ਼ਖਸੀਅਤਾਂ ਮੈਂ ਦੇਖ ਰਿਹਾ ਸਾਹਮਣੇ ਬੈਠੀਆਂ ਨੇ ਬੀ ਸੀ ਨਾਗਪਾਲ ਸਾਹਿਬ ਕੁਨਾਲ ਬੱਬਰ ਕਿੰਮੀ ਐਮ ਸੀ ਸਾਹਿਬ ਪੰਡਿਤ ਕਮਲ ਦੇਵ ਜੀ ਐਸਟ੍ਰੋਲੋਜਰ ਲੁਧਿਆਣਾ ਤੋਂ ਪਹੁੰਚੇ ਨੇ ਪ੍ਰੋਫੈਸਰ ਕਰਮ ਸਿੰਘ ਸੰਧੂ ਜੀ ਪ੍ਰਵੀਨ ਮਿੱਤਲ ਜੀ ਲੋਕ ਸੇਵਾ ਸੁਸਾਇਟੀ ਗੁਲਸ਼ਨ ਅਰੋੜਾ ਜੀ ਚੇਅਰਮੈਨ ਸਾਹਿਬ ਅਜੀਤ ਟੁਕਰਾਲ ਐਮ ਸੀ ਸਾਹਿਬ ਸੁਖਵਿੰਦਰ ਸਿੰਘ ਭਸੀਨ ਸੈਕਟਰੀ ਅਕਾਲੀ ਦਲ ਓਮ ਪ੍ਰਕਾਸ਼ ਰੂਪ ਸਕੇਅਰ ਇਹ ਸਾਰੀਆਂ ਹੀ ਉਹ ਕੰਪਨੀਆਂ ਨੇ ਜਿਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਨਾਮ ਹੈ ਗੁਰਕਿਰਪਾਲ ਸਿੰਘ ਢਿੱਲੋਂ ਰੋਇਲ ਸਿਟੀ ਤੋਂ ਆਏ ਨੇ ਸੋਨੀ ਗੱਲ ਸਾਡੇ ਸਾਬਕਾ ਐਮ ਪੀ ਗਾਲਬ ਗੁਰਚਰਨ ਗਾਲਬ ਜੀ ਦੇ ਸਪੁੱਤਰ ਉਸੇ ਨਰਿੰਦਰ ਕੋਛੜ ਜੀ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਦਵਿੰਦਰ ਸਿੱਧੂ ਜੀ ਐਮ ਸੀ ਸਾਹਿਬ ਰਿਸ਼ਵਜੀਤ ਗਾਬਾ ਜੀ ਵਿਜੇ ਮਹਿੰਦਰਾ ਐਡਵੋਕੇਟ ਸਾਹਿਬ ਡਾਕਟਰ ਦਿਲਪ੍ਰੀਤ ਜੀ ਆਰਟ ਆਫ ਲਿਵਿੰਗ ਸ਼੍ਰੀ ਧਮੀਜਾ ਜੀ ਸਨਾਤਨ ਧਰਮ ਗੋਬਿੰਦ ਗੋਦਾਮ ਲੁਧਿਆਣਾ ਤੋਂ ਵਰਮਾ ਜੀ ਜਗਤਾਰ ਸਿੰਘ ਕਮਿਸ਼ਨਰ ਇਨਕਮ ਟੈਕਸ ਆਏ ਨੇ ਬਹੁਤ ਬਹੁਤ ਧੰਨਵਾਦ ਜੀ ਸੁਭਾਸ਼ ਮੋਹਲਾ ਜੀ ਦਵਿੰਦਰ ਸਿੰਘ ਵਰਮਾ ਜੀ ਉਸੇ ਲੜੀ ਦੇ ਵਿੱਚ ਨਵੀਨ ਗੁਪਤਾ ਨਰੇਸ਼ ਗੁਪਤਾ ਸੇਵਾ ਭਾਰਤੀ ਰਵਿੰਦਰ ਸਿੰਘ ਵਰਮਾ ਜੀ ਚੇਅਰਮੈਨ ਡਾਕਟਰ ਰਮਨਵੀਰ ਜੀ ਐਮ ਡੀ ਸਾਹਿਬ ਲੁਧਿਆਣਾ ਤੋਂ ਪਰਿਵਾਰ ਸਮੇਤ ਆਏ ਨੇ ਅਤੇ ਅੱਗੇ ਤੋਂ ਕੋਈ ਦੁੱਖ ਨਾ ਆਵੇ ਮਾਤਾ ਜੀ ਨੂੰ ਲੰਬੀ ਉਮਰ ਦੇਵੇ ਹੈ ਉਹ ਪਰਮਪਿਤਾ ਪਰਮਾਤਮਾ ਤੁਹਾਡੇ ਆਸ਼ੀਰਵਾਦ ਦੇ ਨਾਲ ਉਸ ਵਿਛੜੀ ਹੋਈ ਰੂਹ ਦੇ ਕਿਨੇ ਪਰਿਵਾਰ ਨੇ ਜਿਵੇਂ ਪੰਡਿਤ ਜੀ ਬਿੰਟੂ ਜੀ ਦੱਸ ਰਹੇ ਸੀ ਕਿ ਇੱਕ ਹੱਥ ਦਿੰਦੇ ਸੀ ਦੂਜੇ ਹੱਥ ਨੂੰ ਪਤਾ ਨਹੀਂ ਲੱਗਦਾ ਸੀਗਾ ਸਾਰੀ ਉਮਰ ਦਾਨ ਦਿੱਤਾ ਉਸ ਸ਼ਖਸੀਅਤ ਨੇ ਅਤੇ ਬੱਚਿਆਂ ਨੇ ਵੀ ਉਹ ਲੜੀ ਨੂੰ ਕਾਇਮ ਰੱਖਿਆ ਬਹੁਤ ਸਾਰੀਆਂ ਸੰਸਥਾਵਾਂ ਦੇ ਇਹ ਲਈ ਪਰਿਵਾਰ ਨੇ ਆਪਣੀ ਨੇਕ ਪਾਈ ਦੇ ਵਿੱਚੋਂ ਬਹੁਤ ਸਾਰੀ ਰਾਸ਼ੀ ਕੱਢੀ ਹੈ ਉਹ ਸੰਸਥਾਵਾਂ ਬਾਅਦ ਦੇ ਵਿੱਚ ਆਪਣੇ ਲਿਫਾਫੇ ਲੈ ਜਾਣਗੀਆਂ ਜੀ ਪਰਿਵਾਰ ਵੱਲੋਂ ਮਾਤਾ ਲਾਜਵੰਤੀ ਜੀ ਵੱਲੋਂ ਹੱਥ ਜੋੜ ਕੇ ਰਿਸ਼ਤੇਦਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਰਸਮ ਪਗੜੀ 'ਤੇ ਕੋਈ ਵੀ ਸ਼ਗਨ ਦੇਣ ਦੀ ਖੇਚਲ ਨਾ ਕਰੇ ਜੀ ਇਹ ਹੱਥ ਜੋੜ ਕੇ ਬੇਨਤੀ ਹੈ ਅਤੇ ਨਾਲ ਨਾਲ ਬੇਨਤੀ ਹੈ ਕਿ ਗੁਰੂ ਕਾ ਲੰਗਰ ਪ੍ਰਸ਼ਾਦਾ ਭੋਜਨ ਤਿਆਰ ਹੈ ਕੋਈ ਵੀ ਇਹ ਭੋਜਨ ਛਕੇ ਬਿਨਾਂ ਨਾ ਜਾਵੇ ਪਰਿਵਾਰ ਵੱਲੋਂ ਮਾਤਾ ਜੀ ਵੱਲੋਂ ਨਰੇਸ਼ ਜੀ ਰਕੇਸ਼ ਜੀ ਵੱਲੋਂ ਸਾਨੂੰ ਬੇਨਤੀ ਹੈ ਤਾਂ ਜਿਹੜੀਆਂ ਸੰਸਥਾਵਾਂ ਲਈ ਜਿੱਥੇ ਜਾਂਦੇ ਹੁੰਦੇ ਸੀ ਮੇਰੇ ਬਜ਼ੁਰਗ ਸਵਰਗੀ ਸ਼੍ਰੀ ਘਰੀ ਸਾਹਿਬ ਤਾਂ ਉਹਨਾਂ ਸੰਸਥਾਵਾਂ ਦੇ ਲਈ ਨਾਮ ਹੈ ਜੀ ਪੀਰ ਬਾਬਾ ਮੋਕਮ
शांति शांति शांति।